ਅਸਲਾਮ ਵਾਲੇਕਮ ਜੀ ਵੇਖੋ ਪੰਜਾਬ ਚੈਨਲ ਤੇ ਜੀ ਆਨੂੰ ਜੁਣਦੇ ਵਾਸਤੇ ਰਹੋ ਅੱਜ ਇੱਕ ਹੋਰ ਨੁਸਖਾ ਜਿਹੜਾ ਕਿ ਬਹੁਤ ਜ਼ਿਆਦਾ ਲੋਕੀ ਉਹਦੀ ਫਰਮਾਇਸ਼ ਵੀ ਕਰਦੇ ਨੇ ਖਾਸ ਕਰ ਬਜ਼ੁਰਗਾਂ ਵਾਸਤੇ ਇੱਕ ਸੋਨਾ ਜਿਹੜਾ ਕਿ ਬਾਬੇ ਫਰੀਦ ਦੱਸਣ ਲੱਗੇ ਨੇ ਤੁਹਾਨੂੰ ਯਾਨੀ ਕਿ ਸਮਝ ਲਓ ਕਿ ਐਸਾ ਕੀਮਤੀ ਨੁਸਖਾ ਤੁਹਾਨੂੰ ਕੋਈ ਹਕੀਮ ਡਾਕਟਰ ਵੀ ਨਹੀਂ ਦੇਵੇਗਾ ਮਸਲਾ ਇਹ ਕੀ ਹੁੰਦਾ ਹੈ ਬਜ਼ੁਰਗਾਂ ਨੂੰ ਕਿ ਅਕਸਰ ਇਹ ਜਿਹੜੀ ਜੀੜ ਦੀ ਹੱਡੀ ਹੈ ਨਾ ਇਹਨੂੰ ਕੰਡ ਤੇ ਬਹੁਤ ਦਰਦ ਹੁੰਦੀ ਹੈ ਸੱਡੀ ਦੇ ਫਿਰ ਉਹਦੇ ਨਾਲ ਬਜ਼ੁਰਗਾਂ ਕੋਲੋਂ ਲੰਮੀਆਂ ਨਹੀਂ ਪਿਆਜ ਜਾਂਦਾ ਕਿ ਤੇ ਤੁਰਿਆ ਫੇਰਿਆ ਨਹੀਂ ਜਾਂਦਾ ਬੜੀ ਯਾਨੀ ਕਿ شدید ਕਿਸਮ ਦੀ ਤਕਲੀਫ ਹੁੰਦੀ ਉਹਦਾ ਇਲਾਜ ਬਾਬੇ ਹੋਰਾਂ ਕੋਲੇ ਕਿ ਜਿਹੜਾ ਦੱਸਣ ਲੱਗੇ ਨੇ ਕੀ ਕਰਨਾ ਬਿਲਕੁਲ ਆਸਾਨ ਟੋਟਕਾ ਉਹ ਤੁਸੀਂ ਕਰੋ ਇਨਸ਼ਾਅੱਲਾ ਵੇਖਿਓ ਕਿ ਰਾਮ ਹੁੰਦਾ ਹੈ ਕਿ ਨਹੀਂ ਹੁੰਦਾ ਬਾਬਾ ਦੱਸੋ ਕੀ ਉਹਨੂੰ ਸਾਗੇ ਦੱਸਣ ਦੇ ਮੇਥਰੇ ਮੇਥਰੇ ਲੈਣੇ ਮੇਥਰੇ ਤੁਹਾਨੂੰ ਨਹੀਂ ਪਤਾ ਮੇਥਰੇ ਆ ਹਾਂਜੀ ਅੱਛਾ ਮੇਥਰੇ ਲਾਪਤ ਹਰ ਰਿਨੂ ਮੇਥਰੇ ਦੇ ਦਾਣੇ ਆਹ ਪਾਣੀ ਪਾ ਗਏ ਚਾਹ ਹੋਰ ਨਹੀਂ ਅੱਛਾ ਪਾਣੀ ਖੁੱਲਾ ਪਾ ਲੋ ਤੇ ਆਲਾ ਪਾ ਲੋ ਸ਼ਾਬਾ ਪਾ ਲੋ ਹੂੰ ਪਿਆਲਾ ਮੁੰਨਾ ਹੋਏ ਮਗਰ ਆ ਜੇ ਉਹ ਜਿਹੜੇ ਵਿੱਚ ਮਾਰਾ ਜਾਂ ਮਿੱਠਾ ਪਾ ਰੋਣਾ ਉਹ ਵਿੱਚ ਕੜੇ ਰੱਖਿਓ ਖਾਸ ਦੇਸੀ ਦੇਸੀ ਕਿਉਂ ਉਹ ਇੱਕ ਚਮਚਾ ਪਾ ਲਾ ਡੇਢ ਪਾ ਲਾ ਹੂੰ ਉਹ ਉਹ ਜਿਹੜਾ ਮੁੰਨਾ ਪਿਆਲਾ ਪੀਂਨ ਤਰਾ ਦਿਨ ਰੱਖਦੀ ਪੀਣ ਨਹੀਂ ਦੇਦੀ ਇਹ ਕਿਸੇ ਟਾਈਮ ਬੰਦਾ ਪੀ ਸਕਦਾ ਜਾਂ ਖਾ ਸਕਦਾ ਜਿਹੜੇ ਮਰਜੀ ਪੀਏ ਤਰਾ ਡਾਂਗ ਇਹ ਬਹੁਤ ਜ਼ਰੂਰੀ ਹੈ ਬਸ 7 ਦਿਨ ਪੀਣਾ ਚਾਹੀਦਾ ਬੋਡੀ ਬਿਮਾਰੀ ਠਾਰ ਜਾਏ ਯਾਨੀ ਕਿ ਬਹੁਤੀ ਬਿਮਾਰੀ ਹੈ ਅਗਰ ਤੇ ਫਿਰ 7 ਦਿਨ ਸੇ ਸੱਤਾ ਪੀਓ ਹਾਂ ਸਹੀ ਹੈ ਲੋ ਜੀ ਆਨ ਉਸਖਾਦੀ ਜਿਹੜਾ ਤੁਹਾਡਾ ਨਾਲ ਸ਼ੇਅਰ ਕੀਤਾ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਦਿਓ ਜਾਸਤਾ ਆਪਣਾ ਬੋਲ ਲੱਕੜੇ ਪੀਣੇ ਦੇ ਦੀ ਹੂੰ ਹੂੰ ਲੱਕੜੇ ਪੀਣੇ ਦੇ ਦੀ ਇਨਸ਼ਾ ਅੱਲਾ ਇਨਸ਼ਾ ਅੱਲਾ ਪਾਕ ਕਰਮ ਕਰ ਦੇਗਾ ਰੱਬ ਰੱਖਾ ਇਹਦੇ ਬਾਕੀ ਚੇ ਦਿਨ ਤਾਂ ਮੈਨੂੰ ਪਤਾ ਹੂੰ ਪੀਚੇ ਦੇ ਸਹੀ